ਹਰਿਆਣਾ ਵਿੱਚ ਕਰਨਾਲ ਦੇ ਨੈਸ਼ਨਲ ਹਾਈਵੇ 44 ਤੇ ਹਵੇਲੀ ਦੇ ਕੋਲ ਪਿਸਤੌਲ ਦੀ ਨਾਕ ਤੇ 45 ਲੱਖ ਦੀ ਲੁੱਟ ਹੋ ਗਈ। ਮਾਮਲਾ ਕਬੂਤਰਬਾਜ਼ੀ ਨਾਲ ਜੁੜਿਆ ਹੋਇਆ। ਮੁਲਜ਼ਮ ਇਹ ਦੇਖਣ ਲਈ ਆਏ ਸੀਗੇ ਕਿ ਏਜੰਟ ਦੇ ਕੋਲ ਅਮਰੀਕਾ ਦੀ ਡੌਂਕੀ ਮਰਵਾਉਣ ਦੇ ਪੈਸੇ ਹਨ ਵੀ ਜਾਂ ਨਹੀਂ। ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲਿਸ ਮੈਕਮੇ ਵਿੱਚ ਪਾਜੜਾ ਪੈ ਗਈਆਂ। ਪੁਲਿਸ ਅਤੇ CIA ਦੀ ਟੀਮ ਪਹੁੰਚ ਗਈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।